ਅਗਰ ਤੁਸੀਂ ਬਹੁਤ ਜ਼ਿਆਦਾ ਜਿਸਮ ਦਰਦ ਦਾ ਸ਼ਿਕਾਰ ਹੋ, ਗਿੱਟੇ ਗੋਡੇ ਦਰਦ ਕਰਦੇ ਨੇ, ਹਿਲਿਆ ਨਹੀਂ ਜਾ ਰਿਹਾ, ਤਾਂ ਇਹ ਪੰਜੀਰੀ ਤੁਹਾਡੇ ਵਾਸਤੇ ਹੈ। ਬਹੁਤ ਜਾਨਦਾਰ ਰੈਸਪੀ ਹੈ, ਬਹੁਤ ਈਜ਼ੀ ਹੈ, ਬਹੁਤ ਟੇਸਟਫੁਲ ਹੈ ਔਰ ਬਹੁਤ ਤਾਕਤਵਰ ਹੈ। ਮੇਥੀ ਦੀ ਪੰਜੀਰੀ ਇਹ ਬਿਲਕੁਲ ਹੀ ਡਿਫਰੈਂਟ ਚੀਜ਼ ਹੈ, ਸਾਡੇ ਬਜ਼ੁਰਗਾਂ ਦੀ ਜਿਹੜੀ ਸਪੈਸ਼ਲੀ ਰੈਸਪੀ ਹੈ। ਘਰ 'ਚ ਕਈ ਦਫ਼ਾ ਆਜ਼ਮਾ ਚੁੱਕੇ ਹਾਂ ਮੈਂ, ਕਿ ਆਪਣੀ ਹੁਣ ਜਿਹੜਾ ਨਾ ਯੂਟਿਊਬ ਫੈਮਿਲੀ ਦੇ ਨਾਲ ਵੀ ਸ਼ੇਅਰ ਕਰਾਂ, ਤਾਂ ਕਿ ਬਾਕੀ ਮੇਰੀ ਫੈਮਿਲੀ ਯੂਟਿਊਬ ਵਾਲੀ ਜਿਹੜੀ ਹੈ ਉਹ ਵੀ ਇਹ ਤੋਂ ਫਾਇਦਾ ਚੁੱਕ ਸਕੇ। ਅਤੇ ਵੀਡੀਓ ਪੂਰੀ ਦੇਖਣਾ, ਨਾਲ ਨਾ ਰਹਿਣਾ, ਵੀਡੀਓ ਸਕਿਪ ਨਾ ਕਰਨਾ, ਤਾਂ ਕਿ ਤੁਹਾਨੂੰ ਈਜ਼ੀਲੀ ਸਭ ਚੀਜ਼ਾਂ ਦੀ ਸਮਝ ਆ ਸਕੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮੁ ਅਲੈਕੁਮ। ਇੱਕ ਪਿਆਲੀ ਦੇਸੀ ਘਿਓ ਹੈ ਜਿਹੜਾ ਅਸੀਂ ਮੈਲਟ ਕਰਕੇ ਰੱਖਿਆ ਹੋਇਆ ਹੈ। ਇੱਕ ਪਿਆਲੀ ਹੀ ਇਹਦੇ 'ਚ ਸੂਜੀ ਜਾਏਗੀ, ਇੱਕ ਪਿਆਲੀ ਹੀ ਇਹਦੇ 'ਚ ਚੀਨੀ ਜਾਏਗੀ। ਅਗਰ ਤੁਸੀਂ ਸ਼ੱਕਰ ਇਸਤੇਮਾਲ ਕਰੋ ਤਾਂ ਉਹਦਾ ਮਿਕਦਾਰ ਥੋੜ੍ਹੀ ਜਿਹੀ ਵੱਧ ਰੱਖਣੀ ਪਏਗੀ, ਜਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ। ਔਰ ਇੱਕ ਪਿਆਲੀ ਹੈ 4 ਗੋਂਦਾਂ ਨੇ ਜਿਹੜੀਆਂ ਅਸੀਂ ਪਹਿਲੇ ਇਹਨਾਂ ਨੂੰ ਫਰਾਈ ਕਰਕੇ ਨਾ ਅਤੇ ਕ੍ਰਸ਼ ਕਰਕੇ ਰੱਖਿਆ ਹੋਇਆ ਹੈ। ਅਤੇ ਇੱਕ ਚਮਚ ਇਹਦੇ 'ਚ ਜਿਹੜਾ ਨਾ ਅਦਰਕ ਪਾਊਡਰ ਜਾਏਗਾ, ਜਿਹਨੂੰ ਸੁੰਡ ਦਾ ਪਾਊਡਰ ਵੀ ਕਿਹਾ ਜਾ ਸਕਦਾ ਹੈ। ਔਰ 8 ਤੋਂ 10 ਇਹਦੇ 'ਚ ਗ੍ਰੀਨ ਵਾਲੀ ਇਲਾਚੀਆਂ ਜਾਣਗੀਆਂ, ਇਹਦੇ ਟੇਸਟ ਨੂੰ ਵੀ ਵਧਾਉਣਗੀਆਂ ਔਰ ਇਹ ਸਿਹਤ ਵਾਸਤੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਨੇ। ਇਹ ਮਿੱਧ ਨੂੰ ਬਹੁਤ ਫਾਇਦਾ ਦਿੰਦੀਆਂ ਨੇ, ਇਨਸਾਨ ਦੇ ਨਾ ਅੰਦਰੂਨੀ ਨਿਜ਼ਾਮ ਨੂੰ ਬਹੁਤ ਜ਼ਿਆਦਾ ਫਾਇਦਾ ਦਿੰਦੀਆਂ ਨੇ। ਅਤੇ ਇੱਕ ਪਿਆਲੀ ਛੋਟੀ ਵਾਰੀ ਇਹਦੇ 'ਚ ਚਿੱਟੇ ਤਿਲ ਜਾਣਗੇ, ਇਹ ਬਹੁਤ ਜ਼ਿਆਦਾ ਤਾਕਤਵਰ ਹੁੰਦੇ ਨੇ। ਕਹਿੰਦੇ ਨੇ ਕਿ ਜਿਸ ਟਾਈਮ ਸਰਦੀਆਂ 'ਚ ਇਹ ਖਾਧੇ ਜਾਣ ਤਾਂ ਤੁਹਾਡੀਆਂ ਨਹੀਂ ਨਾ ਹੱਡੀਆਂ, ਸਪੈਸ਼ਲੀ ਜਿਹੜੇ ਬੱਚੇ ਵੱਧਦੇ ਹੋਏ ਨੇ ਉਹਨਾਂ ਦੀਆਂ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਨੇ ਇਹਦੇ ਨਾਲ। ਅਤੇ ਇੱਕ ਛੋਟੀ ਪਿਆਲੀ ਇਹਦੇ ਸੌਂਫ ਜਾਏਗੀ, ਸੌਂਫ ਵੀ ਜਿਹੜੀ ਹੈ ਮੇਰੇ ਵਾਸਤੇ ਅੰਦਰਾਂ ਵਾਸਤੇ ਬਹੁਤ ਜ਼ਿਆਦਾ ਜਿਹੜੀ ਨਾ ਬਿਹਤਰ ਹੈ। ਔਰ ਇੱਕ ਪਿਆਲੀ ਸਭ ਤੋਂ ਬੈਸਟ ਚੀਜ਼ ਹੈ, ਇਹਦੇ 'ਚ ਮਿੱਥਰੇ ਜਾਣਗੇ। ਮਿੱਥਰੇ ਹੁੰਦੇ ਨੇ ਜਿਸਮ ਦਰਦ ਵਾਸਤੇ, ਤੁਹਾਡੇ ਮੋਟਾਪੇ ਨੂੰ ਵੀ ਕੰਮ ਕਰਦੇ ਨੇ, ਤੁਹਾਡਾ ਜਿਹੜਾ ਹੈ ਨਾ ਮੁਦਾਫਤੀ ਨਿਜ਼ਾਮ ਉਹਨੂੰ ਵੀ ਕਾਫੀ ਮਜ਼ਬੂਤ ਕਰਦੇ ਨੇ। ਔਰ ਇੱਕ ਛੋਟੀ ਪਿਆਲੀ ਇਹਦੇ 'ਚ ਕਿਸ਼ਮਿਸ਼ ਤੇ ਜਾਏਗੀ, ਇੱਕ ਪਿਆਲੀ ਇਹਦੇ 'ਚ ਅਖਰੋਟ ਜਾਏਗੀ। ਅਖਰੋਟ ਬਹੁਤ ਜਾਨਦਾਰ ਚੀਜ਼ ਹੈ, ਅਗਰ ਜੇ ਵੀ ਇਜਾਜ਼ਤ ਦੇਵੇ ਤਾਂ ਲਾਜ਼ਮੀ ਰਹਿਣਾ, ਕਮ ਅਜ਼ ਕਮ ਬੱਚਿਆਂ ਨੂੰ ਲਾਜ਼ਮੀ ਖਵਾਉਣਾ ਚਾਹੀਦਾ ਔਰ ਜਿਹੜੇ ਘਰ ਦੇ ਬਜ਼ੁਰਗ ਨੇ ਉਹਨਾਂ ਨੂੰ। ਔਰ ਇੱਕ ਪਿਆਲੀ ਇਹਦੇ 'ਚ ਬਦਾਮ ਜਾਣਗੇ, ਬਹੁਤ ਜਾਨਦਾਰ ਚੀਜ਼। ਔਰ ਇੱਕ ਪਿਆਲੀ ਇਹਦੇ 'ਚ ਗਰੀ ਜਾਏਗੀ। ਨਾਲ ਨਾ ਰਹਿਣਾ, ਬਿਲਕੁਲ ਹਟ ਕੇ, ਬਿਲਕੁਲ ਡਿਫਰੈਂਟ ਹੈ ਔਰ ਤੁਹਾਨੂੰ ਮਜ਼ਬੂਤ ਕਰ ਦੇਣ ਵਾਲੀ, ਬਿਮਾਰੀਆਂ ਤੋਂ ਰੱਬ ਦਾ ਕਰਮ ਕਰੇ ਅਤੇ ਬਚਾਉਣ ਵਾਲੀ, ਕਿਉਂਕਿ ਰੱਬ ਦਾ ਕਰਮ ਤਾਂ ਸ਼ਾਮਿਲ ਹਾਲ ਹੋਣਾ ਚਾਹੀਦਾ ਨਾ, ਲੇਕਿਨ ਇਨਸਾਨ ਦੀ ਆਪਣੀ ਕੋਸ਼ਿਸ਼ ਹੈ। ਔਰ ਇੱਕ ਐਸਾ ਹੈ ਬਜ਼ੁਰਗਾਂ ਦੇ ਤਰੀਕੇ, ਉਹਦੇ 'ਤੇ ਚੱਲਿਆ ਜਾਏ ਤਾਂ ਰੱਬ ਤਾਲਾ ਵੱਲੋਂ ਕਰਮ ਹੋਵੇ ਤਾਂ ਇਨਸਾਨ ਨੂੰ ਕੋਈ ਜਿਹੜਾ ਨਾ ਉਹ ਕਹਿੰਦੇ ਨਾ ਸੱਤੇ ਖੈਰਾਂ ਨੇ। ਫਿਰ ਸਭ ਤੋਂ ਪਹਿਲੇ ਤਾਂ ਅਸੀਂ ਆਪਣੀ ਕੜਾਈ ਦੇ ਵਿੱਚ ਥੋੜ੍ਹਾ ਜਿਹਾ ਘੀ ਇਸੇ ਘੀ ਦੇ ਵਿੱਚ ਹੀ ਐਡ ਕਰਾਂਗੇ, ਐਕਸਟਰਾ ਨਹੀਂ ਕਰਾਂਗੇ। ਅਤੇ ਇਹਦੇ 'ਚ ਅਸੀਂ ਜਿਹੜੇ ਹੈ ਨਾ ਆਪਣੇ ਬਦਾਮ ਔਰ ਇਹ ਚੀਜ਼ਾਂ ਉਹਨਾਂ ਨੂੰ ਹਲਕਾ ਜਿਹਾ ਜਿਹੜਾ ਨਾ ਉਹ ਰੋਸਟ ਕਰ ਲਾਂਗੇ, ਬਿਲਕੁਲ ਹਲਕਾ ਜਿਹਾ, ਤਾਂ ਕਿ ਨਾ ਇਹਨਾਂ ਦੀ ਖੁਸ਼ਬੂ ਜਿਹੜੀ ਨਾ ਜ਼ਿਆਦਾ ਬਿਹਤਰ ਹੋ ਜਾਏ ਔਰ ਇਹਨਾਂ ਦੀ ਨਾ ਟੇਸਟ ਵੀ ਵੱਧ ਜਾਂਦਾ ਇਹਦੇ ਨਾਲ, ਖਾਲੀ ਖੁਸ਼ਬੂ ਨੂੰ ਟੇਸਟ ਵੀ ਜਿਹੜਾ ਨਾ ਡਬਲ ਟ੍ਰਿਪਲ ਹੋ ਜਾਂਦਾ ਹੈ। ਕਿਸ਼ਮਿਸ਼ ਨੂੰ ਨਹੀਂ ਅਸੀਂ ਜਿਹੜਾ ਰੋਸਟ ਕਰਾਂਗੇ, ਇਹਨਾਂ ਚੀਜ਼ਾਂ ਨੂੰ ਅਸੀਂ ਰੋਸਟ ਕਰ ਲਵਾਂਗੇ, ਅਤੇ ਬਕਾਇਆ ਚੀਜ਼ਾਂ ਜਿਹੜੀਆਂ ਹੈ ਉਹਨਾਂ ਨੂੰ ਅਸੀਂ ਡਰਾਈ ਰੋਸਟ ਕਰਾਂਗੇ, ਉਹਨਾਂ 'ਚ ਅਸੀਂ ਘੀ ਦੇ ਵਿੱਚ ਨਹੀਂ ਕਰਾਂਗੇ। ਇਹ 2 ਤੋਂ 3 ਮਿੰਟ ਹਲਕੀ ਅੱਗ 'ਚ ਨਾ ਇਹਨੂੰ ਅਸੀਂ ਡਰਾਈ ਰੋਸਟ ਕਰਾਂਗੇ, ਤਾਂ ਕਿ ਜਿਹੜਾ ਨਾ ਇਹ ਸੜ ਵੀ ਨਾ ਜਾਣ ਅਤੇ ਇਹਨਾਂ ਦਾ ਟੇਸਟ ਵੀ ਲੈਣਾ ਸਹੀ ਖਿਲ ਕੇ ਸਾਹਮਣੇ ਆਏ। ਹੁਣ ਬਹੁਤ ਸੋਹਣੇ ਰੋਸਟ ਹੋ ਗਏ ਅਤੇ ਇਹਨਾਂ ਨੂੰ ਅਸੀਂ ਅਲੱਗ ਕਰ ਲਵਾਂਗੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਤੇ ਹੁਣ ਅਸੀਂ ਜਿਹੜਾ ਨਾ ਸੌਂਫ ਵਗੈਰਾ ਉਹ ਚੀਜ਼ਾਂ ਬਗੈਰ ਘੀ ਤੋਂ ਜਿਹੜਾ ਨਾ ਉਹਨਾਂ ਨੂੰ ਅਸੀਂ ਰੋਸਟ ਕਰਾਂਗੇ। ਦੇਖਿਆ ਇਹਨਾਂ ਨੇ ਕਿਤਨੇ ਖੂਬਸੂਰਤ ਕਲਰ ਹੋ ਗਿਆ, ਦੇਖ ਕੇ ਦਿਲ ਖੁਸ਼ ਹੋ ਰਿਹਾ। ਹੁਣ ਅਸੀਂ ਪੈਨ ਦੇ ਵਿੱਚ ਮੇਥਰੇ ਐਡ ਕਰਾਂਗੇ, ਮੇਥਰਿਆਂ ਨੂੰ ਅਸੀਂ ਨਾ ਹਲਕਾ ਜਿਹਾ ਰੋਸਟ ਵੱਖਰਾ ਕਰਾਂਗੇ, ਇਹਨਾਂ ਨੂੰ ਦੂਸਰੀਆਂ ਚੀਜ਼ਾਂ ਦੇ ਵਿੱਚ ਐਡ ਨਹੀਂ ਕਰਾਂਗੇ, ਕਿਉਂਕਿ ਇਹਨਾਂ 'ਚ ਹਲਕੀ ਜਿਹੀ ਕੜਵਾਹਟ ਹੁੰਦੀ ਹੈ। ਜੈਸੇ ਹੀ ਪੰਜੀਰੀ ਰੈਡੀ ਹੋ ਜਾਏਗੀ ਉਸ ਟਾਈਮ ਅਸੀਂ ਇਹਨੂੰ ਨਾਲ ਐਡ ਕਰ ਦਿਆਂਗੇ, ਮਤਲਬ ਇਹਨੂੰ ਅਸੀਂ 1 ਤੋਂ 2 ਮਿੰਟ ਜਿਹੜਾ ਨਾ ਪੰਜੀਰੀ ਦੇ ਨਾਲ ਦੁਬਾਰਾ ਇਹਨਾਂ ਦੀ ਬੁਣਾਈ ਕਰਾਂਗੇ, ਤਾਂ ਕਿ ਇਹਨਾਂ ਦਾ ਟੇਸਟ ਬਿਹਤਰ ਹੋ ਜਾਏ। ਬਾਕੀ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਐਂਡ 'ਤੇ ਆ ਕੇ ਐਡ ਕਰਨਾ, ਜੈਸੇ ਫਲੇਮ ਬੰਦ ਕਰਨੀ ਹੈ ਨਾਲ ਹੀ ਇਹਨਾਂ ਨੂੰ ਐਡ ਕਰ ਦੇਣਾ ਅਸੀਂ। ਇਹ ਹੁਣ ਸਾਡੇ ਮੇਥਰੇ ਜਿਹਨੂੰ ਮੇਥੀ ਦਾਣਾ ਵੀ ਕਿਹਾ ਜਾਂਦਾ, ਇਹਦੇ 'ਚ 2 ਕੁਆਲਿਟੀਆਂ ਹੁੰਦੀਆਂ ਨੇ, ਇੱਕ ਥੋੜ੍ਹਾ ਥੋੜ੍ਹਾ ਬਰੀਕ ਹੁੰਦਾ, ਇੱਕ ਥੋੜ੍ਹਾ ਜਿਹਾ ਹੈਲਦੀ ਹੁੰਦਾ, ਅਤੇ ਅਸਰ ਦੋਵਾਂ ਦਾ ਸੇਮ ਹੀ ਹੈ, ਅਸਰ 'ਚ ਖਾਸ ਚੇਂਜ ਨਹੀਂ ਹੈ ਕੋਈ। ਅਤੇ ਹੁਣ ਅਸੀਂ ਇਹਨੂੰ ਜਿਹੜਾ ਨਾ ਅਲੱਗ ਕਰ ਲਵਾਂਗੇ, ਹੁਣ ਬਾਕੀ ਚੀਜ਼ਾਂ ਐਡ ਕਰਾਂਗੇ।
ਹੁਣ ਦੁਬਾਰਾ ਉਸੇ ਪੈਨ ਦੇ ਵਿੱਚ ਸੌਂਫ ਐਡ ਕਰਾਂਗੇ, ਔਰ ਬਿਸਮਿਲ੍ਲਾ ਰਹਿਮਾਨ ਰਹੀਮ ਇਲਾਚੀਆਂ ਐਡ ਕਰਾਂਗੇ, ਔਰ ਚਿੱਟੇ ਵਾਲੇ ਤਿਲ ਐਡ ਕਰਾਂਗੇ, ਔਰ ਜਿਹੜਾ ਹੈ ਨਾ ਸੁੰਡ ਦਾ ਪਾਊਡਰ ਹੈ ਇਹਦੇ 'ਚ ਐਡ ਕਰਾਂਗੇ। ਹੁਣ ਇਹਨੂੰ ਅਸੀਂ ਹਲਕੀ ਅੱਗ 'ਤੇ ਬਿਲਕੁਲ ਹਲਕਾ ਜਿਹਾ ਡਰਾਈ ਰੋਸਟ ਕਰਕੇ ਇਹਨੂੰ ਵੀ ਅਲੱਗ ਕਰ ਲਵਾਂਗੇ। ਇਹਨੂੰ ਅਸੀਂ ਸਭ ਚੀਜ਼ਾਂ ਨੂੰ ਪੀਸ ਲਵਾਂਗੇ, ਥੋੜ੍ਹੇ ਜਿੰਨੇ ਪੀਸ ਅਸੀਂ ਰੱਖਾਂਗੇ ਜਿਹੜੇ ਨਾ ਉੱਪਰ ਗਾਰਨਿਸ਼ ਕਰਨ ਵਾਸਤੇ, ਬਾਕੀ ਤਮਾਮ ਚੀਜ਼ਾਂ ਅਸੀਂ ਨਾ ਪੀਸ ਲਵਾਂਗੇ ਬਾਰੀਕੀ ਦੇ ਨਾਲ, ਕਿਉਂਕਿ ਇਹ ਹੁੰਦਾ ਕਿ ਅਗਰ ਕੋਈ ਬਜ਼ੁਰਗ ਖਾਣ ਵਾਲਾ ਹੈ, ਕੋਈ ਬੱਚਾ ਖਾਣ ਵਾਲਾ, ਔਰ ਅੱਜ ਕੱਲ੍ਹ ਤਾਂ ਜਿਹੜੇ ਯੰਗਸਟਰ ਨੇ ਉਹਨਾਂ ਦੇ ਵੀ ਦੰਦਾਂ ਦੀ ਖੈਰ ਨਾਲ ਅਖੀਰ ਹੋਈ ਪਈ ਹੈ, ਅਤੇ ਇਸ ਵਾਸਤੇ ਉਹ ਖਾਣਾ ਜਿਹੜਾ ਨਾ ਈਜ਼ੀ ਹੋ ਜਾਂਦਾ ਹੈ। ਇਹਨਾਂ ਚੀਜ਼ਾਂ ਨੂੰ ਵੀ ਨਾ ਇੰਝ ਅਸੀਂ 1 ਤੋਂ 1.5 ਮਿੰਟ ਭੁੰਨਾਂਗੇ, ਅਤੇ ਇਹ ਦੇਖਿਆ ਇਹ ਹਲਕਾ ਹਲਕਾ ਜਿਹੜਾ ਨਾ ਇੱਧਰ ਰੱਖਣਾ ਸ਼ੁਰੂ ਹੋ ਗਿਆ, ਇਹਨੂੰ ਤਿਲ ਇਹ ਟਿਕ ਟਿਕ ਦੀ ਆਵਾਜ਼ ਆਉਣਾ ਸ਼ੁਰੂ ਹੋ ਗਈ, ਇਹਨਾਂ ਦੀ ਵੀ ਇੰਝ ਅਸੀਂ ਹਲਕੀ ਜਿਹੀ ਬਣਾਈ ਕਰਕੇ ਅਤੇ ਇਹਨਾਂ ਨੂੰ ਅਲੱਗ ਕਰ ਲਵਾਂਗੇ, ਫਿਰ ਸਾਰੀਆਂ ਚੀਜ਼ਾਂ ਨੂੰ ਸਟੈਪ ਬਾਈ ਸਟੈਪ ਪੀਸ ਲਵਾਂਗੇ। ਉਸ ਤੋਂ ਬਾਅਦ ਅਸੀਂ ਪੰਜੀਰੀ ਦੀ ਤਿਆਰੀ ਕਰਾਂਗੇ, ਤਾਂ ਕਿ ਮਟੀਰੀਅਲ ਸਾਰਾ ਰੈਡੀ ਹੋਵੇ ਅਤੇ ਬਾਅਦ ਵਿੱਚ ਨਾ ਸਾਨੂੰ ਟਾਈਮ ਨਾ ਲੱਗੇ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਰਦੀਆਂ ਵਿੱਚ ਸਪੈਸ਼ਲੀ, ਜਿੰਨਾ ਜਿੰਨਾ ਈਜ਼ੀ ਲੱਗੇ, ਇਹ ਨਹੀਂ ਕਿ ਹੁਣ ਕੁਛ ਜਿਹੜਾ ਬਹੁਤ ਜ਼ਿਆਦਾ, ਜਿੰਨਾ ਜਿੰਨਾ ਈਜ਼ੀ ਲੱਗੇ, ਜਿੰਨਾ ਤੁਸੀਂ ਬਰਦਾਸ਼ਤ ਕਰ ਸਕੋ ਖਾ ਸਕੋ, ਉਨੀਆਂ ਉਨੀਆਂ ਚੀਜ਼ਾਂ ਲਾਜ਼ਮੀ ਬਣਾਉਣੀਆਂ ਚਾਹੀਦੀਆਂ ਨੇ, ਕਿਉਂਕਿ ਜਿਹੜਾ ਨਾ ਇਹ ਬੰਦੇ ਦੀ ਹਿੰਮਤ ਨੂੰ ਜਿਹੜਾ ਨਾ ਸਪੈਸ਼ਲੀ ਕੁਵਤ ਮੁਦਾਫਿਅਤ ਨੂੰ ਇਹ ਚੀਜ਼ਾਂ ਮਜ਼ਬੂਤ ਕਰਦੀਆਂ ਨੇ। ਇਹ ਵੀ ਹੁਣ ਬਹੁਤ ਸੋਹਣਾ ਰੈਡੀ ਹੋ ਗਿਆ, ਅਤੇ ਹੁਣ ਅਸੀਂ ਇਹਨੂੰ ਵੀ ਜਿਹੜਾ ਡਿਸ਼ ਆਊਟ ਕਰਾਂਗੇ ਔਰ ਇਹਨਾਂ ਦਾ ਹਲਕਾ ਜਿਹਾ ਠੰਡਾ ਹੋਣ ਦਾ ਵੇਟ ਕਰਾਂਗੇ। ਇਹ ਹੁਣ ਸਾਰੀਆਂ ਚੀਜ਼ਾਂ ਠੰਡੀਆਂ ਹੋ ਗਈਆਂ, ਸਾਡੀ ਇਹ ਮਸ਼ੀਨ ਗੰਦੀ ਨਹੀਂ ਹੈ, ਇਹਦੇ 'ਚ ਜਿਹੜਾ ਨਾ ਮੈਂ ਗਰੀ ਪੀਸੀ ਹੈ ਪਹਿਲੇ, ਅਤੇ ਉਹਦੀ ਵਜ੍ਹਾ ਤੋਂ ਉਹਦਾ ਨਿਸ਼ਾਨ ਹੈ ਇਹਨਾਂ ਵਿੱਚ। ਸਭ ਤੋਂ ਪਹਿਲੇ ਅਸੀਂ ਮੇਥਰੇ ਪੀਸਾਂਗੇ, ਮੇਥਰੇ ਪੀਸਣ ਤੋਂ ਬਾਅਦ ਫਿਰ ਅਸੀਂ ਇਹਦੇ 'ਚ ਬਾਕੀ ਚੀਜ਼ਾਂ ਪੀਸਾਂਗੇ। ਬਿਸਮੇ ਇਹ ਨਾ ਮੇਥੀ ਦਾ ਨਾ ਬਹੁਤ ਸੋਹਣਾ ਪੀਸ ਗਿਆ, ਦੇਖਿਆ ਇਹ ਬਿਲਕੁਲ ਬਾਰੀਕ ਹੋ ਗਿਆ। ਹੁਣ ਬਾਕੀ ਚੀਜ਼ਾਂ ਸਾਰੀਆਂ ਅਸੀਂ ਇਕੱਠੀਆਂ ਐਡ ਕਰਾਂਗੇ, ਕਿਉਂਕਿ ਸਾਡੀ ਮਸ਼ੀਨ ਹੈਵੀ ਹੈ ਅਤੇ ਈਜ਼ੀਲੀ ਪੀਸ ਜਾਣਗੀਆਂ। ਇਹ ਹੁਣ ਸਾਡਾ ਮਟੀਰੀਅਲ ਬਹੁਤ ਸੋਹਣਾ ਰੈਡੀ ਹੋ ਗਿਆ, ਕਿੱਕਰ ਗੋਨ ਨੂੰ ਵੀ ਦੁਬਾਰਾ ਅਸੀਂ ਮਸ਼ੀਨ 'ਚ ਪਾ ਕੇ ਇਹਨੂੰ ਦੁਬਾਰਾ ਗ੍ਰਾਇੰਡ ਕਰਤਾ ਹੈ। ਬਾਕੀ ਸਾਰੀਆਂ ਚੀਜ਼ਾਂ ਵੀ ਜਿਹੜਾ ਹੈਸਨ, ਬਦਾਮ, ਅਖਰੋਟ, ਤਮਾਮ ਚੀਜ਼ਾਂ, ਤਿਲ ਵਗੈਰਾ ਸਭ ਕੁਛ ਅਸੀਂ ਇਹਨੂੰ ਅੱਛੇ ਤਰੀਕੇ ਦੇ ਨਾਲ ਪੀਸ ਦਿੱਤਾ, ਅਤੇ ਇਹ ਜਿਹੜਾ ਨਾ ਹੁਣ ਮਿੱਤਰੇ ਹੋ ਗਏ, ਬਾਕੀ ਸਭ ਹੋ ਗਿਆ, ਹੁਣ ਨਾਲ ਨਾ ਰਹਿਣਾ, ਹੁਣ ਅਸੀਂ ਪਨੀਰ ਬਣਾਉਣ ਲੱਗੇ ਹਾਂ। ਇਹ ਹੁਣ ਜਿਹੜੇ ਘੀ ਪਹਿਲੇ ਅਸੀਂ ਡਰਾਈ ਫਰੂਟ ਰੋਸਟ ਕੀਤੇ ਸੀ ਨਾ, ਉਹਦੇ ਵਿੱਚ ਹੀ ਦੂਸਰਾ ਘੀ ਐਡ ਕੀਤਾ, ਔਰ ਨਾਲ ਹੀ ਅਸੀਂ ਹੁਣ ਸੂਜੀ ਐਡ ਕਰ ਦੇਵਾਂਗੇ, ਅਤੇ ਹੁਣ ਇਹਦੀ 10 ਤੋਂ 12 ਮਿੰਟ ਲੱਗਣਗੇ। ਬਿਲਕੁਲ ਮੀਡੀਅਮ ਤੋਂ ਲੋ ਫਲੇਮ 'ਤੇ ਬਣਾਈ ਕਰਨੀ ਹੈ, ਅੱਗ ਤੇਜ਼ ਨਹੀਂ ਕਰਨੀ ਵਰਨਾ ਸੜ ਜਾਏਗੀ ਔਰ ਇਹਦਾ ਨਾ ਸਹੀ ਪੱਕ ਨਹੀਂ ਪਾਏਗਾ। ਅਤੇ ਇਹ ਹੁਣ 12 ਤੋਂ 15 ਮਿੰਟ ਹੋ ਗਿਆ ਸਾਡੀ ਸੂਜੀ ਨੂੰ ਭੁੰਨਦਿਆਂ ਹੋਇਆਂ, ਤਾਂ ਦੇਖਿਆ ਇਹਦਾ ਕਲਰ ਕਿੰਨਾ ਖੂਬਸੂਰਤ ਗੋਲਡਨ ਗੋਲਡਨ ਹੋ ਗਿਆ। ਇਸ ਸਟੇਜ 'ਤੇ ਅਸੀਂ ਹੁਣ ਇਹਦੇ ਜਿਹੜਾ ਨਾ ਜਿਹੜੇ ਮੇਥਰੇ ਪੀਸ ਕੇ ਰੱਖੇ ਸੀ ਨਾ ਵਿੱਚ ਐਡ ਕਰ ਦੇਵਾਂਗੇ, ਅਤੇ 1 ਤੋਂ 2 ਮਿੰਟ ਇਹਨੂੰ ਭੁੰਨਾਂਗੇ ਹੋਰ, ਤਾਂ ਕਿ ਇਹਦਾ 'ਚ ਨਾ ਕੜਵਾਹਟ ਹੁੰਦੀ ਹੈ। ਫਾਇਦਾਮੰਦ ਤਾਂ ਬਹੁਤ ਜ਼ਿਆਦਾ ਨੇ, ਲੇਕਿਨ ਟੇਸਟ ਦੇ ਲਿਹਾਜ਼ ਨਾਲ ਥੋੜ੍ਹੇ ਜਿਹੜਾ ਨਾ ਇਹ ਔਖਾ ਹੁੰਦਾ ਹੈ ਖਾਣਾ, ਅਤੇ ਇਹਨੂੰ ਜਿਹੜਾ ਨਾ ਹੁਣ 2 ਮਿੰਟ ਭੁੰਨ ਕੇ ਫਿਰ ਅਸੀਂ ਫਲੇਮ ਬੰਦ ਕਰ ਦੇਵਾਂਗੇ, ਔਰ ਬਾਕੀ ਚੀਜ਼ਾਂ ਇਹਦੇ 'ਚ ਸਾਰਾ ਮਟੀਰੀਅਲ ਜਿਹੜਾ ਅਸੀਂ ਪੀਸ ਕੇ ਰੱਖਿਆ ਹੋਇਆ ਉਹ ਐਡ ਕਰਾਂਗੇ। ਇਹ ਹੁਣ ਮੇਥੀ ਦਾਣੇ ਨੂੰ ਭੁੰਨਦਿਆਂ ਹੋਇਆ ਵੀ ਤਕਰੀਬਨ 1.5 ਤੋਂ 2 ਮਿੰਟ ਹੋ ਗਏ, ਪਹਿਲੇ ਵੀ ਹਲਕਾ ਜਿਹਾ ਇਹਨੂੰ ਰੋਸਟ ਕੀਤਾ ਸੀ, ਅਤੇ ਹੁਣ ਅਸੀਂ ਫਲੇਮ ਬੰਦ ਕਰ ਦੇਵਾਂਗੇ, ਕਿਉਂਕਿ ਪੰਜੀਰੀ ਜਿਹੜੀ ਨਾ ਠੰਡੇ ਹੁੰਦਿਆਂ ਵੀ ਟਾਈਮ ਲਾ ਦਿੰਦੀ ਹੈ, ਫੌਰੀ ਜਿਹੜਾ ਨਾ ਠੰਡੀ ਨਹੀਂ ਹੋ ਜਾਂਦੀ। ਇਸ ਸਟੇਜ 'ਤੇ ਅਸੀਂ ਇਹਦੇ 'ਚ ਹੁਣ ਕਿਸ਼ਮਿਸ਼ ਐਡ ਕਰ ਦੇਵਾਂਗੇ, ਇਹਨੂੰ ਅੱਛੇ ਤਰੀਕੇ ਦੇ ਨਾਲ ਮਿਕਸ ਕਰਾਂਗੇ, ਕਿਉਂਕਿ ਨਾ ਇਹ ਪੰਜੀਰੀ ਜਿੰਨੀ ਗਰਮ ਹੈ ਨਾ ਇਹ ਸਹੀ ਇਹਦੇ ਨਾਲ 'ਚ ਰੋਸਟ ਹੋ ਜਾਏਗੀ। ਪਹਿਲੇ ਰੋਸਟ ਨਹੀਂ ਸੀ ਕੀਤੀ ਇਸ ਵਾਸਤੇ ਕਿ ਜਿਹੜਾ ਨਾ ਇਹ ਅੱਛੇ ਤਰੀਕੇ ਦੇ ਨਾਲ ਇਹਦੇ 'ਚ ਹੀ ਫੁੱਲ ਜਾਏਗੀ, ਕਿਉਂਕਿ ਇਹਨੇ ਠੰਡਿਆਂ ਹੁੰਦਿਆਂ ਕਮ ਅਜ਼ ਕਮ 5 ਤੋਂ 7 ਮਿੰਟ ਜਿਹੜਾ ਨਾ ਈਜ਼ੀਲੀ ਲਗਾ ਦੇਣੇ ਨੇ। ਇਹ ਹੁਣ ਸਾਡੀ ਕਿਸ਼ਮਿਸ਼ ਦੇਖਿਆ ਫੁੱਲ ਕੇ ਮੋਟੀ ਮੋਟੀ ਹੋ ਗਈ ਹੈ, ਇਹ ਪੰਜੀਰੀ ਦੇ ਵਿੱਚ ਐਡ ਕੀਤਾ ਨਾ ਫੁੱਲ ਗਈ, ਬਹੁਤ ਸੋਹਣੀ ਸੋਹਣੀ ਹੋ ਗਈ। ਹੁਣ ਅਸੀਂ ਬਕਾਇਆ ਮਟੀਰੀਅਲ ਜਿਹੜਾ ਪੀਸ ਕੇ ਰੱਖਿਆ ਹੋਇਆ ਸਾਰਾ ਉਹ ਐਡ ਕਰਾਂਗੇ, ਔਰ ਇਹਨੂੰ ਅੱਛੇ ਤਰੀਕੇ ਦੇ ਨਾਲ ਮਿਕਸ ਕਰਾਂਗੇ, ਅਤੇ ਇਹ ਸਭ ਤੋਂ ਅਖੀਰ 'ਤੇ ਆ ਕੇ ਅਸੀਂ ਇਹਦੇ ਚੀਨੀ ਐਡ ਕਰਾਂਗੇ। ਇਹ ਹੁਣ ਸਭ ਤੋਂ ਅਖੀਰ 'ਤੇ ਅਸੀਂ ਇਹ ਚੀਨੀ ਇਹਦੇ 'ਚ ਐਡ ਕਰ ਦੇਵਾਂਗੇ। ਅਗਰ ਇਹ ਬੁਣਾਈ ਦੇ ਦੌਰਾਨ ਤੁਹਾਨੂੰ ਲੱਗਿਆ ਕਿ ਘੀ ਕਮ ਹੈ, ਇਸਨੂੰ ਜ਼ਿਆਦਾ ਐਡ ਕੀਤਾ, ਅਤੇ ਬਾਅਦ ਵਿੱਚ ਚਾਹੋ ਤਾਂ ਉਹਨੂੰ ਜਿਹੜਾ ਨਾ ਜਿਸ ਟਾਈਮ ਸਹੀ ਬੁਣਾਈ ਹੋ ਜਾਏ
ਤੇ ਘੀ ਉਲਟਾ ਕੇ ਕੱਢਿਆ ਜਾ ਸਕਦਾ ਹੈ। ਸਾਡਾ ਘੀ ਇਸ ਟਾਈਮ ਨੋਰਮਲ ਸੀ, ਇਸ ਵਾਸਤੇ ਮੈਂ ਕੱਢਿਆ ਨਹੀਂ ਹੈ। ਹੁਣ ਚੀਨੀ ਨੂੰ ਅੱਛੇ ਤਰੀਕੇ ਦੇ ਨਾਲ ਮਿਕਸ ਕਰਾਂਗੇ ਤੇ ਫਿਰ ਡਿਸ਼ ਆਊਟ ਕਰਕੇ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਂਦੇ ਹਾਂ। ਹੁਣ ਸਾਡੀ ਪੰਜੀਰੀ ਬਹੁਤ ਸੋਹਣੀ ਰੈਡੀ ਹੋ ਗਈ ਤੇ ਹੁਣ ਅਸੀਂ ਇਹਦੇ 'ਚ ਬਦਾਮ ਔਰ ਅਖਰੋਟ ਜਿਹੜੇ ਅਸੀਂ ਬਚਾ ਕੇ ਰੱਖੇ ਹੋਏ ਸੀ ਉਹ ਹਲਕਾ ਜਿਹਾ ਇਤਨਾ ਗਾਰਨਿਸ਼ ਕਰਾਂਗੇ ਔਰ ਗਰੀ। ਤੇ ਅਗਰ ਇਹ ਮੇਰੀ ਰੈਸਪੀ ਤੁਹਾਨੂੰ ਅੱਛੀ ਲੱਗੇ ਤੇ ਕਮੈਂਟ ਔਰ ਸ਼ੇਅਰ ਲਾਜ਼ਮੀ ਕਰਿਆ ਕਰੋ, ਇਹਨਾਂ ਹੌਸਲਾ ਅਫਜ਼ਾਈ ਹੁੰਦੀ ਹੈ। ਔਰ ਅਗਰ ਨਵੇਂ ਆਉਣ ਵਾਲੇ ਸਾਥੀ ਹੋ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਮੇਰੀਆਂ ਈਜ਼ੀ ਜਿਹੀਆਂ ਜਟਕੀਆਂ ਜਿਹੀਆਂ ਵੀਡੀਓ ਕੰਟੀਨਿਊ ਜਿਹੜਾ ਨਾ ਮਿਲ ਸਕਿਆ ਕਰਨ। ਠੀਕ ਹੋ ਗਿਆ ਜੀ, ਅਗਰ ਮੇਰੀ ਰੈਸਪੀ ਤੁਹਾਨੂੰ ਅੱਛੀ ਲੱਗੇ ਜਿਹੜੀ ਬਹੁਤ ਜ਼ਿਆਦਾ ਖੂਬਸੂਰਤ ਹੈ, ਬਹੁਤ ਈਜ਼ੀ ਹੈ, ਬਹੁਤ ਤਾਕਤਵਰ ਹੈ ਤੇ ਕਮੈਂਟ ਔਰ ਸ਼ੇਅਰ ਲਾਜ਼ਮੀ ਕਰਨਾ। ਬਾਕੀ ਮੇਰੀ ਤਰਫੋਂ ਤੁਹਾਡੇ ਸਭ ਵਾਸਤੇ ਦੁਆਵਾਂ, ਹਮੇਸ਼ਾ ਹੱਸਦੇ ਵਸਦੇ ਰਹੋ, ਆਬਾਦ ਰਹੋ। ਅਸਲਾਮੁ ਅਲੈਕੁਮ।